अफगानिस्तान के अंदर जो हालात बने ने इन बने हालातों के सानू जिहड़ा फिक्र है चिंता है वो उत्थों के सिख भाईचारे की है और दूसरी चिंता जिहड़ी है उत्थे जिहड़े साडे हिस्टोरिकल गुरद्वारा साहिब है उन्हां दी भी है। बहुत सारे सिख अफगानिस्तान तो माइग्रेट होकर कनाडा इंग्लैंड और दिल्ली के जिहड़े ने वो आ चुके ने वस चुके ने रह रहे ने। कुछ परिवार जिहड़े ने वो अफगानिस्तान दे विच अजे भी जिहड़े आ रह रहे हैं। एक गुरद्वारा साहब दे विच उन्होंने जिहड़ा है अपने आप नूं महफूज रख्या होया और बड़ी सानू उन्हां सिखां दी जिहड़ी चिंता है। असी दुनिया भर दी जिहड़ियां सरकारां ने उन्हां नूं ये अपील जरूर करांगे कि अफगानिस्तान दे विच सिखां दी जान माल दी सुरक्षा जिहड़ी है हिफाजत जिहड़ी है उन्हूं यकीनी बनाया जाए। खास तौर पर भारत सरकार को ये जरूर कहेंगे कि असी जिहड़े अफगानिस्तान के सिख है उन्हां दी सुरक्षा का मामला और अफगानिस्तान के साडे इतिहासक गुरद्वारा साहिबाना की सुरक्षा का मामला इनू तरजीही ढंग दे नाल जिहड़ा वो लवे ते उत्थे जिहड़ा सिखां दी सुरक्षा ते गुरद्वारा साहिबान की सुरक्षा जिहड़ी है यकीनी बनाउण दे लई जो भी अफगानिस्तान दे विच गौरमेंट बनेगी जां बणी है उहदे नाल संपर्क करके ਅਤੇ ਇਹ ਸਾਡਾ ਮਸਲਾ ਜਿਹੜਾ ਹੈ ਇਹ ਹੱਲ ਕਰਵਾ ਲਓ। ਕੋਈ ਅੱਜ ਕਿਸੇ ਨੂੰ ਅਪੀਲ ਕਰੋਗੇ ਜਿਹੜੇ ਆਉਂਦੇ ਨੇ ਕੋਈ ਮਦਦ ਕੀਤੀ ਜਾਵੇ ਦਿੱਲੀ ਅੱਜ ਵੀ ਸੀ ਮਦਦ ਕਰੇ ਜਾਵੇ? ਬਿਲਕੁਲ, ਦਿੱਲੀ ਦੇ ਵਿੱਚ ਬਹੁਤ ਸਾਰੇ ਅਫਗਾਨੀ ਪਰਿਵਾਰ ਜਿਹੜੇ ਨੇ ਉਹ ਆ ਕੇ ਵਸੇ ਨੇ, ਕਈ ਸਟੇਬਲ ਹੋ ਗਏ ਨੇ, ਕਈ ਅਜੇ ਜਿਹੜੇ ਨੇ ਇਸ ਤਰ੍ਹਾਂ ਡਗਮਗਾ ਰਹੇ ਨੇ। ਅਤੇ ਮੈਂ ਸਾਡੀਆਂ ਸਿੱਖ ਸੰਸਥਾਵਾਂ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਕਹਾਂਗਾ ਕਿ ਇਹਨਾਂ ਸਿੱਖਾਂ ਦੀ ਜਿਹੜੀ ਹੈ ਜ਼ਰੂਰ ਮਦਦ ਕੀਤੀ ਜਾਏ। ਇਹ ਸਿੱਖ ਜਿਹੜੇ ਨੇ ਜਿਵੇਂ ਹੁਣੇ ਹਰਿੰਦਰ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਇਹ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਪੜ੍ਹੇ ਹੈ ਇਹ ਫਾਰਸੀ ਅਰਬੀ ਦੀ ਜਿਹੜੀ ਹੈ ਭਾਸ਼ਾ ਦੇ ਉੱਤੇ ਚੰਗੀ ਜਿਹੜੀ ਹੈ ਕਮਾਂਡ ਰੱਖਦੇ ਹੈ ਅਤੇ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਇਤਿਹਾਸ ਨੂੰ ਵਾਚਣ ਦੇ ਵਿੱਚ ਇਤਿਹਾਸਕ ਗ੍ਰੰਥਾਂ ਨੂੰ ਜਿਹੜਾ ਉਹਦਾ ਉਲੱਥਾ ਕਰਨ ਦੇ ਵਿੱਚ ਜਿਹੜਾ ਉਹ ਲਈ ਜਾ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜ਼ਰੂਰ ਇਸ ਵੱਲ ਧਿਆਨ ਦੇਵੇ। ਕਸ਼ਮੀਰ ਦਾ ਦੌਰਾ ਕਰਕੇ ਆਏ ਹੋਗੇ ਉਹ, ਇੱਥੇ ਕਸ਼ਮੀਰੀਆਂ ਦੀ ਕਿਸ ਤਰ੍ਹਾਂ ਸਿੱਖਾਂ ਦੀਆਂ ਮੁਸ਼ਕਲਾਂ ਹੈਗੀਆਂ ਨੇ ਅਤੇ ਕੋਈ ਹੱਲ ਕਰਾਉਣ ਵਾਸਤੇ ਕੋਈ ਉਪਰਾਲਾ ਕਰੋਗੇ ਜਿਹੜਾ? ਕਸ਼ਮੀਰ ਦੇ ਵਿੱਚ ਅਸੀਂ 5 ਸਮਾਗਮ ਕੀਤੇ ਨੇ। ਪਹਿਲਾ ਸਮਾਗਮ ਗੁਰਦੁਆਰਾ ਪਾਤਸ਼ਾਹੀ ਪਹਿਲੀ ਮਟਨ ਸਾਹਿਬ ਦੇ ਵਿੱਚ ਹੋਇਆ ਹੈ। ਦੂਜਾ ਸਮਾਗਮ ਜਿਹੜਾ ਹੈ ਉਹ ਗੁਰਦੁਆਰਾ ਸ਼ਹੀਦ ਬੁੰਗਾ ਸ਼੍ਰੀਨਗਰ ਦੇ ਵਿੱਚ ਹੋਇਆ ਹੈ। ਇਸੇ ਤਰ੍ਹਾਂ ਹੀ ਇੱਕ ਸਮਾਗਮ ਜਿਹੜਾ ਹੈ ਉਹ ਤਪਿਆਨਾ ਸਾਹਿਬ ਦੇ ਵਿੱਚ ਹੋਇਆ ਹੈ, ਬਾਰਾਮੂਲਾ ਤੋਂ ਅੱਗੇ। ਇੱਕ ਸਮਾਗਮ ਤਰਾਲ ਦੇ ਵਿੱਚ ਹੋਇਆ ਹੈ ਅਤੇ ਇਸੇ ਤਰ੍ਹਾਂ ਇੱਕ ਸਮਾਗਮ ਜਿਹੜਾ ਹੈ ਉਹ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ ਸਿੰਘਪੁਰਾ ਉੱਥੇ ਕੀਤਾ ਹੈ। ਅਤੇ ਇਹਨਾਂ 5 ਸਮਾਗਮਾਂ ਦੇ ਵਿੱਚ ਸਿੱਖ ਸੰਗਤ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਲਵਾਈ ਹੈ। ਅਤੇ ਇਹਨਾਂ ਸਿੱਖਾਂ ਦੇ ਕਸ਼ਮੀਰ ਦੇ ਵਿੱਚ 1-2 ਸਕੂਲ ਚੱਲਦੇ ਨੇ ਜਿਨ੍ਹਾਂ ਦੀ ਇਮਾਰਤ ਦੀ ਹਾਲਤ ਜਿਹੜੀ ਹੈ ਉਹ ਬੜੀ ਖਸਤਾ ਹੈ ਅਤੇ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਨੇ ਉੱਥੇ ਪੜ੍ਹਾਈ ਛੱਡ ਚੁੱਕੀਆਂ ਨੇ, +2 ਤੋਂ ਬਾਅਦ ਛੱਡ ਚੁੱਕੀਆਂ ਨੇ, 10ਵੀਂ ਤੋਂ ਬਾਅਦ ਛੱਡ ਚੁੱਕੀਆਂ ਨੇ। ਖਾਸ ਤੌਰ 'ਤੇ ਪਿੰਡਾਂ ਵਿੱਚ ਵਸਣ ਵਾਲੇ ਜਿਹੜੇ ਸਿੱਖ ਹੈ ਉਹਨਾਂ ਦੀਆਂ ਬੇਟੀਆਂ ਜਿਹੜੀਆਂ ਨੇ ਉਹ ਪੜ੍ਹਾਈ ਛੱਡ ਚੁੱਕੀਆਂ ਨੇ ਕਿਉਂਕਿ ਮਾਹੌਲ ਐਸਾ ਹੈ ਕਿ ਮਾਂ ਬਾਪ ਜਿਹੜੇ ਹੈ ਉਹ ਸ਼ਹਿਰ ਦੇ ਵਿੱਚ ਉਹਨਾਂ ਨੂੰ ਪੜ੍ਹਨ ਵਾਸਤੇ ਭੇਜਣ ਤੋਂ ਅਸਮਰੱਥ ਹੈ। ਕੁਝ ਫਾਈਨੈਂਸ਼ਲੀ ਜਿਹੜੇ ਹਾਲਾਤ ਇੰਨੇ ਕਮਜ਼ੋਰ ਹੈ ਕਿ ਬੱਚੀਆਂ ਨੂੰ ਗਾਂ ਨਹੀਂ ਪੜ੍ਹਾਇਆ ਜਾ ਰਿਹਾ ਅਤੇ ਕੁਛ ਕਸ਼ਮੀਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਉਹ ਮੁਨਾਸਿਬ ਨਹੀਂ ਸਮਝਦੇ ਬੱਚੀਆਂ ਨੂੰ ਕਾਲਜ ਦੇ ਵਿੱਚ ਭੇਜਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਹੁਤ ਮੈਂ ਸਮਝਦਾ ਸ਼ਲਾਘਾ ਜੋ ਉਪਰਾਲਾ ਹੈ ਜੋ ਬੀਬੀ ਜੀ ਨੇ ਕੀਤਾ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਜੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਹੈ ਉੱਥੇ ਜਿਹੜਾ ਹੈ ਉਹਨਾਂ ਲੜਕੀਆਂ ਨੂੰ ਜਿਹੜਾ ਅਸੀਂ ਲਿਆ ਕੇ ਜਿਹੜੇ ਖਾਸ ਤੌਰ 'ਤੇ ਪੜ੍ਹਾਈ ਛੱਡ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਐਜੂਕੇਸ਼ਨ ਦੇਣ ਦਾ ਪ੍ਰਬੰਧ ਕੀਤਾ। ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਹੋਰ ਵੀ ਉਪਰਾਲੇ ਕੀਤੇ ਤੁਸੀਂ ਉੱਥੇ ਅਪੀਲ ਵੀ ਕੀਤੀ ਸਿੱਖਾਂ ਨੂੰ, ਵਿਦੇਸ਼ੀ ਸਿੱਖਾਂ ਨੂੰ ਅਪੀਲ ਕੀਤੀ ਤੁਸੀਂ? ਮੈਂ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਵਿਦੇਸ਼ੀ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਆਰਥਿਕ ਪੱਖੋਂ ਬਹੁਤ ਸਾਊਂਡ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸਾਡੇ ਇਸ ਤਰ੍ਹਾਂ ਭਾਈਚਾਰੇ ਜਿਹੜੇ ਨੇ ਪੰਜਾਬ ਤੋਂ ਬਾਹਰ ਬੈਠੇ ਨੇ, ਇਕੱਲੇ ਦੁਕੱਲੇ ਬੈਠੇ ਨੇ, ਕਸ਼ਮੀਰ ਦੇ ਵਿੱਚ ਸਾਡੇ ਜਿਹੜੇ ਹੈ ਸਿੱਖ ਭਾਈਚਾਰਾ ਵੱਡੀ ਤਾਦਾਦ ਵਿੱਚ ਹੈ, ਅਫਗਾਨਿਸਤਾਨ ਦੇ ਵਿੱਚ ਭਾਈਚਾਰਾ ਵੱਡੀ ਤਾਦਾਦ ਵਿੱਚ ਹੈ, ਯੂਪੀ ਦੇ ਵਿੱਚ ਕਈ ਪਿੰਡ ਨੇ ਸਿੱਖਾਂ ਦੇ, ਅਸਾਮ ਦੇ ਵਿੱਚ 5 ਪਿੰਡ ਹੈ ਸਿੱਖਾਂ ਦੇ, ਨੇਪਾਲ ਦੇ ਵਿੱਚ 1 ਪਿੰਡ ਹੈ ਸਿੱਖਾਂ ਦਾ। ਅਤੇ ਇਹਨਾਂ ਸਿੱਖਾਂ ਨੂੰ ਉੱਚਾ ਚੁੱਕਣ ਦੇ ਵਿੱਚ ਸਾਡੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਸਹਾਇਤਾ ਕਰਨੀ ਚਾਹੀਦੀ ਹੈ, ਮਦਦ ਕਰਨੀ ਚਾਹੀਦੀ ਹੈ।